ਸਤਿ ਸ਼੍ਰੀ ਅਕਾਲ ਜੀ, ਮਨਰਾਜ ਸਿੱਧੂ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਜੀ, ਬਹੁਤ ਬਹੁਤ। ਅਤੇ ਸਾਰਿਆਂ ਲਈ ਇਹ ਦਿਨ ਵਧੀਆ ਖੁਸ਼ੀਆਂ ਭਰੀਆਂ ਹੋਵੇ, ਸਭ ਤੰਦਰੁਸਤ ਰਹਿਣ। ਅਤੇ ਲਓ ਜੀ, ਹੁਣ ਆਪਾਂ ਆਏ ਸੀ ਗੁਰਦੁਆਰੇ, ਅਤੇ ਹੁਣ ਆਪਾਂ ਕਰ ਰਹੇ ਹਾਂ ਵਲੋਗ ਸ਼ੁਰੂ। ਅਤੇ ਅੱਜ ਥੋੜ੍ਹਾ ਗਲਾ ਖਰਾਬ ਹੈ, ਕਹਿੰਦੇ ਹੁੰਦੇ ਨਾ ਜਾਂ ਤਾਂ ਜਾਂਦੀ ਹੋਈ ਠੰਡ ਲੱਗਦੀ ਹੈ ਅਤੇ ਜਾਂ ਆਉਂਦੀ ਹੋਈ ਠੰਡ ਲੱਗਦੀ ਹੈ। ਅਤੇ ਆਪਾਂ ਨੂੰ ਆਉਂਦੀ ਹੋਈ ਠੰਡ ਲੱਗ ਗਈ ਆ, ਜ਼ੁਕਾਮ ਹੋ ਗਿਆ ਆ, ਅਤੇ ਛਿੱਕਾਂ ਜਿਹੀਆਂ ਬਹੁਤ ਆਈ ਜਾਂਦੀਆਂ। ਅਤੇ ਲੰਗਰ ਆਪਾਂ ਗੁਰਦੁਆਰਾ ਛਕਿਆ ਸੀਗੇ, ਹੁਣ ਆਪਾਂ ਬਣਾਉਣ ਲੱਗੇ ਸੀਗੇ ਅਦਰਕ ਵਾਲੀ ਚਾਹ। ਅਤੇ ਫਿਰ ਉਸ ਤੋਂ ਬਾਅਦ ਧੁੱਪ ਤਾਂ ਬਿਲਕੁਲ ਨਹੀਂ ਨਿਕਲੀ, ਮੌਸਮ ਜਿਹਾ ਠੰਡਾ ਹੋਇਆ ਪਿਆ ਆ। ਚਲੋ ਜੀ, ਹੁਣ ਬਣਾਉਂਦੇ ਹਾਂ ਚਾਹ, ਉਸ ਤੋਂ ਬਾਅਦ ਦੇਖਦੇ ਹਾਂ ਕੀ ਕੰਮ ਕਰਨਾ ਆ। ਕਾਰਡ ਦਾ ਕੀ ਕਰਦੇ, ਕੀ ਕਰਨਾ? ਉਹ ਆਇਆ ਨਹੀਂ ਫੋਨ। ਮੈਂ ਬਣਾ ਰਹੀ ਸੀਗੀ ਚਾਹ, ਅਤੇ ਗੁਰਦੁਆਰਾ ਸਾਹਿਬ 'ਚ ਲੰਗਰ ਬਹੁਤ ਹੀ ਜ਼ਿਆਦਾ ਸਵਾਦ ਸੀ। ਖੀਰ ਦਾ ਲੰਗਰ ਇੰਨਾ ਸਵਾਦ ਸੀ, ਬਹੁਤ ਜ਼ਿਆਦਾ। ਆਪਾਂ ਘਰ ਜਿੰਨੀ ਮਰਜ਼ੀ ਵਧੀਆ ਚੀਜ਼ ਬਣਾ ਲਈਏ, ਜੋ ਲੰਗਰ ਵਿੱਚ ਬਣਦਾ, ਪ੍ਰਸ਼ਾਦ ਬਣਦਾ, ਬਹੁਤ ਹੀ ਸਵਾਦ। ਦੇਗ, ਖੀਰ, ਸਭ ਦਾਲਾਂ, ਸਭ ਬਹੁਤ ਸਵਾਦ ਬਣਦੀ ਹੈ ਜੀ। ਅਤੇ ਮੈਂ ਘਰ ਆ ਕੇ ਦੋਹਰੀ ਵਾਰੀ ਫੇਰ ਖਾਧੀ, ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗੀ। ਧੁੱਪ ਸੇਕਦੇ, ਧੁੱਪ ਸੇਕਦੇ ਹੈਗੇ। ਮੈਂ ਸੋਚਿਆ ਸੀ ਮੈਂ ਵੀ ਧੁੱਪ ਨੇ ਸੇਕੂੰਗੀ, ਹੈ ਹੀ ਨਹੀਂ, ਠੰਡੀ ਹਵਾ ਚੱਲਦੀ। ਗੁਰਦੁਆਰੇ ਤਾਂ ਇੰਨੀ ਬਾਹਰ ਨਿਕਲ ਕੇ ਇੰਨੀ ਲੱਗੇ। ਕਈ ਜੀ ਚਾਹ ਪੀ ਲਈ ਆ, ਅਤੇ ਮਨ ਤਾਂ ਐਂ ਸੀਗਾ ਵੀ ਧੁੱਪ ਸੇਕੀਏ ਥੋੜ੍ਹਾ ਟਾਈਮ, ਪਰ ਅੱਜ ਧੁੱਪ ਨਿਕਲੀ ਨਹੀਂ, ਔਰ ਮੈਨੂੰ ਲੱਗਦਾ ਨਿਕਲਣੀ ਵੀ ਹੈ ਨਹੀਂ ਗੀ। ਅਤੇ ਇੱਧਰ ਹੁਣ ਕੱਪੜੇ ਵੀ ਦੇਖੋ, ਬੈਡ 'ਤੇ ਕਿੱਦਾਂ ਖਲਾਰਾ ਪਿਆ। ਪ੍ਰੈੱਸ ਕਰਨ ਵਾਲੇ ਉੱਧਰੋਂ ਰਾਜਿੰਦਰ ਨੇ ਆ ਕੇ ਉਹ ਚੇਂਜ ਕੀਤੇ, ਕੱਪੜੇ ਇੱਥੇ ਲਾ ਕੇ ਰੱਖਤੇ, ਇਹ ਵੀ ਸੰਭਾਲਣੇ ਆ। ਲੱਗਦਾ ਵੀ ਧੁੱਪ ਤਾਂ ਨਿਕਲਣੀ ਨਹੀਂ, ਤਾਂ ਰੂਮ 'ਚ ਕੰਬਲ ਲੈ ਕੇ ਰੈਸਟ ਕਰਨਾ ਪੈਣਾ। ਚਲੋ ਜੀ, ਹੁਣ ਮੈਂ ਕਰਦੀ ਹਾਂ ਥੋੜ੍ਹਾ ਟਾਈਮ ਰੈਸਟ, ਫਿਰ ਉਸ ਤੋਂ ਬਾਅਦ ਕਰੂੰਗੀ ਕੱਪੜੇ ਪ੍ਰੈੱਸ ਸੰਭਾਲਣ ਵਾਲੇ, ਸੰਭਾਲੂੰਗੀ। ਮਿਲਦੇ ਹਾਂ ਬਾਅਦ ਵਿੱਚ। ਲਓ ਜੀ, ਹੁਣ ਮੈਂ ਲੱਗੀ ਸੀ ਕੱਪੜੇ ਪ੍ਰੈੱਸ ਕਰਨ ਵਾਸਤੇ, ਅਤੇ ਅੱਜ ਜਿਵੇਂ ਮੌਸਮ ਹੋਇਆ ਪਿਆ ਨਾ, ਐਂ ਲੱਗਦਾ ਵੀ ਕਈਆਂ ਨੂੰ ਰਾੜੂਗਾ ਇਹ ਵਾਲੀ ਠੰਡ ਜਿਹੜੀ। ਅੱਜ ਬਿਲਕੁਲ ਧੁੱਪ ਨਹੀਂ, ਬਹੁਤ ਜ਼ਿਆਦਾ ਠੰਡ ਹੋਈ ਪਈ ਹੈ, ਅਤੇ ਬਾਹਰ ਨਿਕਲਣ ਨੂੰ ਤਾਂ ਬੜਾ ਬਿਲਕੁਲ ਜੀ ਨਹੀਂ ਕਰ ਰਿਹਾ ਜਮੇ, ਪਰ ਇੰਨੇ ਕੰਮ ਤਾਂ ਕਰਨਾ ਹੀ ਪੈਣਾ, ਚਾਹੇ ਠੰਡ ਹੋਵੇ ਕੁਛ ਹੀ। ਅਤੇ ਮੇਰੇ ਵੀਰ ਤਾਂ ਹਜੇ ਗੁਰਦੁਆਰੇ ਹੀ ਹੈ, ਗੁਰਦੁਆਰੇ ਤੋਂ ਆਇਆ ਹੀ ਨੀਗਾ, ਅਤੇ ਮੈਂ ਹੁਣ ਕੱਪੜੇ ਪ੍ਰੈੱਸ ਕਰਨ ਲੱਗੀ ਸੀਗੀ। ਕੰਬਲ 'ਚ ਨਿਕਲਣ ਜੀ ਨਹੀਂ ਕਰਦਾ ਸੀ, ਪਰ ਮੈਂ ਕਿਹਾ ਨਿਕਲਣਾ ਪੈਣਾ, ਕੰਮ ਤਾਂ ਕਰਨਾ ਹੀ ਪੈਣਾ। ਫਿਰ ਮਨਵੀਰ ਦੀ ਯੂਨੀਫਾਰਮ ਪ੍ਰੈੱਸ ਕਰਨੀ ਹੈ, ਕੱਲ੍ਹ ਇਗਜ਼ਾਮ ਹੈ ਅਤੇ ਜਾਣਾ ਸਕੂਲ। ਅਤੇ ਚਲੋ ਜੀ, ਹੁਣ ਮੈਂ ਕਰਦੀ ਕੱਪੜੇ ਪ੍ਰੈੱਸ, ਮਿਲਦੇ ਹਾਂ ਆਪਾਂ ਬਾਅਦ ਵਿੱਚ। ਮੰਮੀ ਕਸਰੇ ਪੈਣ, ਅਤੇ ਹੁਣ ਲਾਉਣਗੇ ਚਾਦਰ ਮੰਜੇ 'ਤੇ। ਦੇਖੋ ਗੁੜੀਆ, ਮੇਰੇ ਕੋਲ ਟਿਊਸ਼ਨ ਆਉਂਦੀ ਆ, ਉਹਦੀ ਡਰਾਇੰਗ ਕਿੰਨੀ ਸੋਹਣੀ ਬਣਾ ਰੱਖੀ ਹੈ, ਕਿੰਨੀ ਪਿਆਰੀ ਪੈਨਸਿਲ ਨਾਲ ਕੀਤੀ ਹੋਈ ਹੈ ਡਰਾਇੰਗ। ਦੇਖੋ ਸਲੀਪਿੰਗ ਬੋਏ ਕਿੰਨੀ ਵਧੀਆ ਬਣਾ ਰੱਖੀ ਹੈ, ਇੱਧਰ ਬੱਚਾ ਦੁੱਧ ਪੀ ਰਿਹਾ ਉਹਦੀ ਬਣਾ ਰੱਖੀ ਹੈ, ਇੱਧਰ ਇੱਕ ਗਰਲ ਦੀ ਬਣਾਈ ਹੋਈ ਹੈ, ਇੱਧਰ ਇੱਕ ਲੜਕੇ ਦੀ ਬਣਾਈ ਹੋਈ ਹੈ। ਇਹ ਆਪਦੇ ਮੰਮੀ ਡੈਡੀ ਵਾਸਤੇ ਕਾਰਡ ਬਣਾਇਆ, ਬਹੁਤ ਵਧੀਆ ਬਣਾਇਆ। ਇਹ ਦੇਖੋ ਗੁਲਾਬ ਦਾ ਫੁੱਲ, ਕਿੰਨੀ ਵਧੀਆ ਡਰਾਇੰਗ ਬਣਾਈ ਹੈ। ਤੁਸੀਂ ਕਮੈਂਟ ਕਰਕੇ ਦੱਸਿਓ ਡਰਾਇੰਗ ਕਿਹੋ ਜਿਹੀ ਬਣੀ ਆ, ਬਹੁਤ ਹੀ ਪਿਆਰੀ ਹੈ। ਇਸ ਨੂੰ ਮੈਂ ਕਿਹਾ ਹੈ ਕਿ ਮੇਰੇ ਲਈ ਇੱਕ ਡਰਾਇੰਗ ਬਣਾ ਕੇ ਲਿਆ ਕੇ ਦੇਵੇ। ਫਿਰ ਕ੍ਰਿਸਮਿਸ ਕੈਪ ਪਾਈ ਹੋਈ ਹੈ ਨਾ, ਕ੍ਰਿਸਮਿਸ 'ਤੇ ਆ, ਬਹੁਤ ਵਧੀਆ ਬਣਾਇਆ ਬਾਬੂ, ਬਹੁਤ ਵਧੀਆ ਡਰਾਇੰਗ ਹੈ ਜੀ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਡਰਾਇੰਗ ਕਿਹੋ ਜਿਹੀ ਲੱਗੀ, ਬਹੁਤ ਸੋਹਣੀ ਬਣਾਉਂਦੀ ਆ ਡਰਾਇੰਗ। ਬੰਦਾ ਬਣ ਕੇ ਕੰਮ ਕਰ ਲਾ, ਉਹਦਾ ਵਰਕ ਕਰੋ, ਗੱਲਾਂ ਘੱਟ ਕਰਿਆ ਕਰ। ਬੰਦੇ ਵਾਲੇ ਕੰਮ ਹੈ ਨੀ ਨਾ, ਬੰਦਾ ਤਾਂ ਹੈਗਾ, ਕੰਮ ਬੰਦੇ ਵਾਲੇ ਕਰੋ ਨਾ, ਵਰਕ ਕਰੋ ਆਪਦਾ। ਆ ਕਾਪੀ ਕਿਵੇਂ ਫੜੀ ਜਾਂਦਾ, ਚਲੋ ਕਰੋ ਕਰੋ ਕਰੋ, ਹੋਮਵਰਕ ਕਰੋ ਆਪਦਾ ਸਟਾਰਟ। ਤਾਂ ਪੈਨਸਿਲ ਹੀ ਆ, ਹੋਰ ਕੀ ਹੈ ਇਹ। ਕਿਊਟੀ ਕੰਮ ਕਰ ਲਿਆ ਕਰ, ਹੋਮਵਰਕ ਬਣਾਓ, ਫਿਰ ਬਣਾਓ। ਹਾਂਜੀ, ਸੋਹਣਾ 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 ਸੋਹਣਾ। ਆ ਦਿਖੀ ਜਾਂਦਾ, ਆ ਦਿਖੀ ਜਾਂਦਾ, ਹੈਂ? ਕਿਹੜੀ ਸਾਈਡ ਤੋਂ ਕਰਨਾ, ਇੱਧਰ ਇਹਦੇ ਸਾਈਡ ਤੋਂ, ਇਸ ਵਾਲੀ ਸਾਈਡ ਤੋਂ ਕਰਨਾ। ਅਰੇ ਬੰਦਾ
ਬੰਦਾ ਹੋਈ ਤੇ ਕਹਿੰਦੀ ਬੰਦਾ ਬਣੀ ਨਹੀਂ ਜਾਂਦਾ ਤਾਂ ਇਹ ਤੇ ਕਹੀ ਜਾਂਦੀ ਫਿਰ ਬੰਦਾ ਬਣਦਾ ਪਹਿਲਾਂ ਬੰਦਾ ਹੀ ਹੋਰ ਨਹੀਂ ਆ ਫਿਰ ਸਕੂਲ ਭੇਜਣਾ ਪਊਗਾ ਬੰਦਾ ਬਣਨ ਵਾਸਤੇ ਤੈਨੂੰ ਹੀ ਸਕੂਲ ਭੇਜਣ ਪੜੇਗਾ ਮੈਂ ਤਾਂ ਆਉਂਗੀ ਫਿਰ ਹੋਮਵਰਕ ਕਰਾਉਣ ਵਾਸਤੇ ਉੱਥੇ ਕਰੋ ਫਿਰ ਆ ਬਣਾਓ ਫਿਰ ਚਾਕੂ ਨਾਲ ਕੱਟ ਤੇ ਦੂੰ ਘਰੇ ਨਹੀਂ ਜਾਣ ਦੇਣਾ ਜਿੰਨਾ ਚਿਰ ਹੋਮਵਰਕ ਨਹੀਂ ਹੁੰਦਾ चलो बेटा करो तुसी वर्क करो वर्क करो 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 टीका तो ले ही होना फिर हाँ जी जो कह देंगे ना भी किसी चीज़ की लत लग जाती है तो वो छुट्टनी बड़ी औखी हो जाती है तो यही साढ़े नाल हो रहा सानू ऑनलाइन शॉपिंग की बहुत लत लग गई है तो हालांकि साढ़े पिंड डिलीवरी नहीं हो रही कई चिर दी तो सानू उत्थे शहर तो ही लैके आनी पई राजेंद्र गए से लैन वास्ते तो ये आया जी दो समान तो तुहानू दिखाउने आ एक तो हैगा जी ये फेस वॉश है मनीर का ये मार्केट चो मिल नहीं रहा से असी बहुत पता किया इस करके सानू ऑनलाइन ही मंगाना पिया तो फेस वॉश मंगवा रहे से तो नाल ही डिलीवरी चार्ज लग रहा सी फिर इस करके उस दे नाल कॉफी का पैकेट मंगवा लिया तो फिर भी डिलीवरी चार्ज लग रहा सीगा तो फिर उस दे नाल मैं मंगा लिया एक ड्राई फ्रूट बॉक्स जो अज तक आया नहीं गा पर इन्ना है भी मुश्किल हो जाए लैके आना चीज़ में चलो जी आप हम करते हैं ओपन तो तुम दिखाने की समान ये वैसे मैं तुम्हें दस ही दिता है समान ये है जी कॉफी बॉक्स कॉफी का डब्बा मंगवाया एक आवड़ा फेस वॉश से जी एंटी एक्ने जरा फेस वॉश ये मार्केट तो मिल नहीं रहा है इस करके ऑनलाइन मंगवाया लो जी हुण मैं लगी सी गुरपुरब की खुशी च दीवे जगाने वास्ते पर अज मौसम खराब काफ़ी हो गया बाहर हवा चल रही है इस करके मैं क्या चलो पांच ही दीवे जगा लें तो अंदर अंदर रख लेंगे तो मनवीर गया से गुरुद्वारा साहब पटाके चलाने वास्ते सारे बच्चे इतने इकट्ठे हुए खुशी मना रहे गुरपुरब की तो रब तुहानू भी खुश रखे जी तो हूँ आप करते हैं अज के ब्लॉग का एंड जी देखो पटाके कि जोर से चल रहे मैं तो डर ही गई अज तो चलो जी हम तो गुरपुरब दियाँ दोबारा तो बहुत बहुत वधाइया जी तो वीडियो कर दौ लाइक जी चैनल कर लो सबसक्राइब जी मिलते हैं नैक्सट ब्लॉग में सारे सत श्री अकाल जी।